ਸਤਿ ਸ਼੍ਰੀ ਅਕਾਲ ਦਰਸ਼ਕੋ, ਹੈਲਪਲਾਈਨ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਰਕ ਹਸਪੀਟਲ ਜਲੰਧਰ ਵਿੱਚ, ਜਿੱਥੇ ਅਸੀਂ ਤੁਹਾਨੂੰ ਮਿਲਾਵਾਂਗੇ ਡਾਕਟਰ SPS ਵਿਰਕ ਨਾਲ, ਜੋ ਕਿ ਇਸ ਹਸਪੀਟਲ ਦੇ ਡਾਇਰੈਕਟਰ ਹਨ। ਵਿਰਕ ਹਸਪੀਟਲ ਉਮੀਦ ਹੈ ਉਹਨਾਂ ਬੇਔਲਾਦ ਜੋੜਿਆਂ ਦੀ, ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ। ਡਾਕਟਰ ਵਿਰਕ ਨੂੰ ਇੰਡੀਆ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਆਨਰ ਦਿੱਤਾ ਗਿਆ, ਤੇ ਇਹਨਾਂ ਨੂੰ ਡਾਕਟਰ ਰੋਬਰਟ ਐਡਵਰਡ, ਜਿਨ੍ਹਾਂ ਨੇ ਦੁਨੀਆ ਨੂੰ ਪਹਿਲਾ ਟੈਸਟ ਟਿਊਬ ਬੇਬੀ ਦਿੱਤਾ ਸੀ, ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਡਾਕਟਰ ਵਿਰਕ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ। ਡਾਕਟਰ ਵਿਰਕ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿਓ। ਵਿਰਕ ਹਸਪੀਟਲ ਜਲੰਧਰ, ਜੋ ਕਿ ਬੇਔਲਾਦਪਨ ਦੇ ਇਲਾਜ ਦੇ ਲਈ ਹਿੰਦੁਸਤਾਨ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜਾ ਮਸ਼ਹੂਰ ਹੈ, ਇਹ ਅੱਜ ਤੋਂ ਕੋਈ 18 ਸਾਲ ਪਹਿਲਾਂ ਸਾਡੇ ਉੱਤਰੀ ਭਾਰਤ ਤੋਂ ਕਾਫੀ ਮਰੀਜ਼ ਬੰਬੇ ਸਾਈਡ ਵੱਲ, ਕੈਲਕਟਾ, ਦਿੱਲੀ ਜਾਂਦੇ ਸਨ ਬੇਔਲਾਦਪਨ ਦੇ ਇਲਾਜ ਦੇ ਲਈ। ਪਰ ਅਸੀਂ ਬੜੇ ਖੱਜਲ ਖੁਆਰ ਹੁੰਦੇ ਸਨ, ਉਹਨਾਂ ਨੂੰ ਪ੍ਰੋਬਲਮਸ ਬੜੀਆਂ ਆਉਂਦੀਆਂ ਸਨ, ਉੱਥੇ ਜਾ ਕੇ ਰਹਿਣਾ, ਸਾਰਾ ਸਿਸਟਮਸ ਉੱਥੋਂ ਦੇ, ਕਿਰਾਏ 'ਤੇ ਹੋਟਲਾਂ 'ਚ ਰਹਿਣਾ, ਇਲਾਜ ਬੜੇ ਮਹਿੰਗੇ ਸਨ। ਫਿਰ ਅਸੀਂ ਸੋਚਿਆ ਵੀ ਕਿਉਂ ਨਾ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਜਲੰਧਰ ਦੇ ਵਿੱਚ ਕੋਈ ਐਸਾ ਇਨਫਰਟੀਲਿਟੀ ਸੈਂਟਰ ਖੋਲ੍ਹਿਆ ਜਾਵੇ ਜਿਹੜੇ ਕਿ ਇਹ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਬੰਬੇ, ਕੈਲਕਟਾ, ਬੈਂਗਲੌਰ ਜਾ ਰਹੇ ਆ, ਦਿੱਲੀ ਜਾ ਰਹੇ ਆ, ਉਹਨਾਂ ਨੂੰ ਅਸੀਂ ਇੱਥੇ ਹੀ ਉਹ ਸੁਵਿਧਾਵਾਂ ਪ੍ਰਾਪਤ ਕਰਵਾਈਏ ਜਿਹੜੀਆਂ ਕਿ ਉਸ ਇਹਨਾਂ ਸ਼ਹਿਰਾਂ ਦੇ ਵਿੱਚ ਮਿਲਦੀਆਂ। ਅਤੇ ਵਿਰਕ ਹੋਸਪਿਟਲ ਦੀ ਜਿਹੜੀ ਪਹਿਲੀ ਸਥਾਪਨਾ 18 ਸਾਲ ਪਹਿਲਾਂ ਇਸ ਕੇਂਦਰ ਦੀ ਹੋਈ ਆ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 10,000 ਤੋਂ ਜ਼ਿਆਦਾ ਬੇਔਲਾਦ ਜੋੜਿਆਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾ ਚੁੱਕੇ ਹਾਂ, ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਵੱਡੀ ਅਚੀਵਮੈਂਟ ਹੈ ਐਂਡ ਰਿਕਾਰਡ ਆ। ਸਾਡੇ ਕੇਂਦਰ ਜਿਹੜਾ ਹੈ ਇਸ ਵੇਲੇ ਹੁਣ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਸਟੇਟ ਆਫ ਦਾ ਆਰਟ ਸੈਂਟਰ ਦੀ ਕੈਟਾਗਰੀ 'ਚ ਆ ਗਿਆ। ਵਿਰਕ ਹੋਸਪਿਟਲ ਜਲੰਧਰ ਨੂੰ ਜੇ ਗ੍ਰੇਡਿੰਗ ਕੀਤੀ ਜਾਵੇ ਤਾਂ ਜਿਹੜੇ ਵੀ ਸਾਡੇ ਇੱਥੋਂ ਦੀਆਂ ਸੰਸਥਾਵਾਂ ਆ ਜਿਨ੍ਹਾਂ ਨੇ ਕਿ ਹਿੰਦੁਸਤਾਨ ਦੇ 300 ਕੇਂਦਰ IVF ਸੈਂਟਰਸ ਹੈਗੇ ਆ ਜਿੱਥੇ ਬੇਔਲਾਦਪਨ ਦਾ ਇਲਾਜ ਹੁੰਦਾ ਆ, ਅਤੇ ਅਸੀਂ ਉਹ 300 ਦੇ ਵਿੱਚੋਂ ਪਹਿਲੇ 3 ਅਤੇ 5 ਦੇ ਵਿੱਚ ਸਾਡੀ ਗ੍ਰੇਡਿੰਗ ਹੁੰਦੀ ਹੈ। ਐਂਡ ਇੱਕਮਾਤਰ ਕੇਂਦਰ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਿ IVF ਟੈਸਟ ਟਿਊਬ ਬੇਬੀ ਜਿਹੜੀ ਵਿਧੀ ਆ ਉਹਦੇ ਵਾਸਤੇ ਵੇਟਿੰਗ ਲਿਸਟ ਆ ਸਾਡੇ ਕੇਂਦਰ ਦੇ ਵਿੱਚ। ਸਾਡੀ ਜਿਹੜੀ ਟੀਮ ਆ ਇਸ ਵੇਲੇ ਸਾਡੇ IVF ਸਪੈਸ਼ਲਿਸਟ ਨੇ ਡਾਕਟਰ ਅਨੁਪਮ ਚੋਪੜਾ, ਡਾਕਟਰ ਗੀਤਾ, ਡਾਕਟਰ ਹਰਪ੍ਰੀਤ ਔਜਲਾ, ਡਾਕਟਰ ਵਿਭਾ, ਸਾਡੇ ਐਂਡੋਸਕੋਪਿਕ ਸਰਜਨ ਨੇ ਡਾਕਟਰ ਬਖਸ਼ੀ, ਐਂਡ ਸਾਡੇ ਕੇਂਦਰ ਨੂੰ ਬਾਹਰਲੇ ਕੇਂਦਰਾਂ ਤੋਂ ਵਿੱਚੋਂ ਜਿਹੜੇ ਹਿੰਦੁਸਤਾਨੀ ਨਹੀਂ ਬਲਕਿ ਏਸ਼ੀਆ ਦੇ ਜਿਹੜੇ ਲੀਡਿੰਗ ਐਕਸਪਰਟਸ ਆ ਉਹਨਾਂ ਦੇ ਨਾਲ ਵੀ ਸਾਡਾ ਤਾਲਮੇਲ ਆ, ਅਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਆ ਸਾਡੀ ਕੋਲੈਬਰੇਸ਼ਨ ਇਹਨਾਂ ਕੇਂਦਰਾਂ ਦੇ ਨਾਲ ਅਮੈਰੀਕਾ 'ਚ ਵੀ, ਇਜ਼ਰਾਈਲ 'ਚ ਅਤੇ ਬੰਬੇ ਦੇ ਜਿਹੜੇ ਟੋਪ ਰੈਂਕਿੰਗ IVF ਸਪੈਸ਼ਲਿਸਟ ਆ ਉਹਨਾਂ ਨਾਲ ਸਾਡਾ ਕੋਲੈਬਰੇਸ਼ਨ ਹੈਗੀ ਆ। ਜਦੋਂ ਵੀ ਸਾਨੂੰ ਲੋੜ ਪੈਂਦੀ ਆ ਵੇਟਿੰਗ ਲਿਸਟ ਕਰਕੇ ਸਾਨੂੰ ਕੇਸਿਸ ਦੀ ਇੰਨੀ ਮਾਤਰਾ ਹੁੰਦੀ ਆ ਵੀ ਸਾਨੂੰ ਉਹਨਾਂ ਨੂੰ ਵੀ ਬੁਲਾ ਕੇ ਇੱਥੇ ਉਹ ਸੁਵਿਧਾਵਾਂ ਜਿਹੜੀਆਂ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਉਹ ਅਸੀਂ ਆਪਣੇ IVF ਸੈਂਟਰ ਦੇ ਰਾਹੀਂ ਇੱਥੋਂ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਦੀ ਆ। ਡਾਕਟਰ ਸਾਹਿਬ, ਹੁਣ ਤੁਸੀਂ ਸਾਨੂੰ ਇੱਕ ਸੀ ਵਿਧੀ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ। ਇਹ ਵਿਧੀ ਹਿੰਦੁਸਤਾਨ ਦੇ ਵਿੱਚ ਕੋਈ 15 ਸਾਲ ਪਹਿਲਾਂ ਆਈ ਸੀ ਅਤੇ ਸਾਡੇ ਕੇਂਦਰ ਦੇ ਵਿੱਚ 11 ਸਾਲ ਪਹਿਲਾਂ, ਅੱਜ ਤੋਂ 1999 'ਚ ਆਈ ਸੀ। ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਆ ਬਈ ਪੰਜਾਬ ਦੀ ਪਹਿਲੀ ਇੱਕ ਸੀ ਬੇਬੀ ਸਾਡੇ ਕੇਂਦਰ ਵਿਰਕ ਹੋਸਪਿਟਲ ਨੇ ਦਿੱਤੀ ਆ।
ਇਕਸੀ ਵਿਧੀ ਉਹਨਾਂ ਮਰੀਜ਼ਾਂ ਦੇ ਵਿੱਚ ਅਪਣਾਈ ਜਾਂਦੀ ਆ ਜਿੱਥੇ ਕਿ ਫਰਟੀਲਾਈਜੇਸ਼ਨ ਰੇਟ ਪੂਰ ਹੋਵੇ, ਸ਼ੁਕਰਾਣੂ ਦਾ ਐਗਸ ਦੇ ਨਾਲ, ਸਪਰਮ ਦਾ ਐਗਸ ਦੇ ਨਾਲ ਜਿਹੜਾ ਐਂਟਰ ਹੋਣਾ ਐਗ 'ਚ ਉਹ ਰੇਟ ਪੂਰ ਆ, ਪੂਰ ਫਰਟੀਲਾਈਜੇਸ਼ਨ ਰੇਟ, ਉੱਥੇ ਇਕਸੀ ਵਿਧੀ ਅਪਣਾਈ ਜਾਂਦੀ ਹੈ। ਦੂਸਰਾ, ਉਹਨਾਂ ਕੇਸਿਸ ਦੇ ਵਿੱਚ ਜਿੱਥੇ ਸਪਰਮ ਕਾਊਂਟ ਬੜਾ ਪੂਰ ਹੋਵੇ, ਸ਼ੁਕਰਾਣੂ ਦੀ ਮਾਤਰਾ ਹੀ ਇੰਨੀ ਘੱਟ ਆ ਵੀ ਉਹ IVF ਵਿਧੀ ਦੇ ਵਿੱਚ ਵੀ ਨਹੀਂ ਜਾ ਸਕਦਾ, IUI ਵਿਧੀ ਵਿੱਚ ਵੀ ਨਹੀਂ ਜਾ ਸਕਦਾ, ਉਹਨੂੰ ਫਿਰ ਅਸੀਂ ਇਕਸੀ ਵਿਧੀ ਰਾਹੀਂ ਉਹਨਾਂ ਦੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ ਦੀ ਆ। ਇਸ ਇਕਸੀ ਵਿਧੀ ਦਾ ਇਸਤੇਮਾਲ ਇੱਕ ਹੋਰ ਬੜੀ ਵਧੀਆ ਜਗ੍ਹਾ 'ਤੇ ਵੀ ਹੁੰਦਾ ਆ, ਜਿੱਥੇ ਕਿ ਪਹਿਲਾਂ ਮਰੀਜ਼ਾਂ ਨੂੰ ਡੋਨਰ ਸਪਰਮਸ 'ਤੇ ਜਾਣਾ ਪੈਂਦਾ ਸੀ, ਲੇਕਿਨ ਇਕਸੀ ਵਿਧੀ ਦੇ ਆਉਣ ਦੇ ਨਾਲ ਹੁਣ ਉਹੀ ਮਰੀਜ਼ ਜਿਹੜੇ ਪਹਿਲਾਂ ਡੋਨਰ ਸਪਰਮ ਪ੍ਰੋਗਰਾਮ 'ਤੇ ਜਾਂਦੇ ਸਨ ਵੀ ਸ਼ੁਕਰਾਣੂ ਬਾਹਰੋਂ ਲੈਣੇ, ਉਹ ਹੁਣ ਆਪਣੇ ਹੀ ਸ਼ੁਕਰਾਣੂਆਂ ਨਾਲ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਆ। ਉਹ ਆ ਉਹ ਮਰੀਜ਼ ਜਿੱਥੇ ਸ਼ੁਕਰਾਣੂ ਦੀ ਮਾਤਰਾ ਨਿਲ ਆ ਉਹਨਾਂ ਦੇ ਸੀਮਨ ਦੇ ਵਿੱਚ, ਲੇਕਿਨ ਜਦੋਂ ਅਸੀਂ ਉਹਨਾਂ ਦੇ ਟੈਸਟਿਸ ਦੇ ਵਿੱਚ ਅੰਡਕੋਸ਼ 'ਚ ਅਸੀਂ ਨੀਡਲ ਪਾ ਕੇ ਦੇਖੀਏ ਤਾਂ ਸਾਨੂੰ ਉੱਥੇ ਸ਼ੁਕਰਾਣੂ ਮਿਲ ਜਾਂਦੇ ਆ। ਇਹਨੂੰ ਫਿਰ ਅਸੀਂ ਟੀਜ਼ਾ ਕਹੀਦਾ ਆ, ਟੈਸਟੀਕੁਲਰ ਸਪਰਮ ਐਸਪੀਰੇਸ਼ਨ। ਤਿੰਨ ਵਿਧੀਆਂ ਆ ਜਿਹਦੇ ਰਾਹੀਂ ਅਸੀਂ ਟੈਸਟਿਸ 'ਚੋਂ ਸਪਰਮਸ ਕੱਢ ਸਕਦੇ ਹਾਂ, ਟੀਜ਼ਾ, ਮੀਜ਼ਾ ਐਂਡ ਪੀਜ਼ਾ। ਇਹ ਤਿੰਨੋਂ ਵਿਧੀਆਂ ਰਾਹੀਂ ਅਸੀਂ ਟੈਸਟਿਸ 'ਚੋਂ ਸਪਰਮਸ ਕੱਢ ਕੇ ਨੀਡਲ ਰਾਹੀਂ ਅਸੀਂ ਉਹਨੂੰ ਇਕਸੀ ਵਿਧੀ ਰਾਹੀਂ ਉਸ ਪੇਸ਼ੈਂਟ ਦੇ ਵਾਈਫ ਦੇ ਅੰਡਿਆਂ ਦੇ ਨਾਲ ਫਰਟੀਲਾਈਜ਼ ਕਰਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ। ਇਕਸੀ ਵਿਧੀ ਦੇ ਵਿੱਚ ਵੀ ਅਸੀਂ ਉਸ ਨਾਲ ਹੀ ਜਿਸ ਨਾਲ IVF ਹੈ ਉਹਦੇ ਉਸ ਨਾਲ ਹੀ ਇਹਦੇ ਵਿੱਚ ਅਸੀਂ ਉਸ ਲੇਡੀ ਦੇ ਅੰਡੇ ਬਣਾਈ ਦੇ, ਅੰਡੇ ਬਣਾ ਕੇ ਉਹਨਾਂ ਨੂੰ ਇੱਕ ਇੱਕ ਕਰਕੇ ਅੰਡਿਆਂ ਨੂੰ ਸਾਡੇ IVF ਥੀਏਟਰ 'ਚ ਕੱਢਿਆ ਜਾਂਦਾ ਹੈ, ਐਂਡ ਹਸਬੈਂਡ ਦੇ ਸਪਰਮਸ ਜੇ ਮਿਲ ਜਾਣ ਉਹਦੇ ਸੀਮਨ ਦੇ ਵਿੱਚ ਤਾਂ ਉਹਦੇ ਰਾਹੀਂ ਇਕਸੀ ਕਰੀਦੀ ਆ। ਐਂਡ ਇਹਦੇ ਵਿੱਚ ਇੱਕ ਅੰਡਾ ਲੈ ਕੇ ਉਹਦੇ ਵਿੱਚ ਤੁਸੀਂ ਦੇਖੋਗੇ ਇਸ ਵੀਡੀਓ ਦੇ ਵਿੱਚ ਕਿ ਇੱਕ ਅੰਡੇ ਦੇ ਵਿੱਚ ਅਸੀਂ ਇੱਕ ਸਪਰਮ ਇੰਜੈਕਸ਼ਨ ਪਿਪਟ ਦੇ ਵਿੱਚ ਪਾ ਕੇ ਉਹਨੂੰ ਅਸੀਂ ਇੰਜੈਕਟ ਕਰੀਦਾ ਆ ਐੱਗ ਦੇ ਵਿੱਚ। ਜਿੱਥੇ ਸਪਰਮ ਸੀਮਨ ਦੇ ਵਿੱਚ ਮਿਲ ਜਾਣ ਅਸੀਂ ਉੱਥੋਂ ਸੀਮਨ 'ਚੋਂ ਸਪਰਮਸ ਕੱਢ ਲਈਦੇ ਹਾਂ, ਅਤੇ ਜਿੱਥੇ ਸੀਮਨ 'ਚ ਨਿਲ ਆ ਅਤੇ ਟੈਸਟਿਸ 'ਚ ਨੀਡਲ ਪਾ ਕੇ ਕੱਢ ਕੇ ਅਸੀਂ ਉਹਨੂੰ ਇਕਸੀ ਵਿਧੀ ਰਾਹੀਂ ਉਸ ਮਰੀਜ਼ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ ਆ। ਬਹੁਤ ਹੀ ਅੰਤਰਰਾਸ਼ਟਰੀ ਅਤੇ ਕ੍ਰਾਂਤੀਕਾਰੀ ਵਿਧੀ ਆ। ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੋ ਰਹੀ ਹੈ ਵੀ ਇਕਸੀ ਦੇ ਵਿੱਚ ਸਾਡੇ ਕੇਂਦਰ ਦੇ ਰਿਜ਼ਲਟਸ ਇਸ ਵੇਲੇ ਉੱਤਰੀ ਭਾਰਤ ਦੇ ਵਿੱਚ ਤਾਂ ਅਸੀਂ ਨੰਬਰ 1 ਹੀ ਹਾਂ, ਹਿੰਦੁਸਤਾਨ ਦੇ ਵਿੱਚ ਵੀ ਅਸੀਂ ਇਕਸੀ ਵਿਧੀ ਰਾਹੀਂ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਮਰੀਜ਼ਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਆ। ਸਾਡਾ ਜਿਹੜਾ ਇਕਸੀ ਲੈਬ ਆ ਇਹ ਫਰਨਿਸ਼ਡ ਆ ਬਾਏ 7 CO2 ਇਨਕਿਊਬੇਟਰਸ, ਜਿਹੜੇ ਬੈਸਟ CO2 ਇਨਕਿਊਬੇਟਰਸ ਆ ਮਿੰਕ ਦੇ ਉਹ ਸਾਡੇ ਕੇਂਦਰ ਦੇ ਵਿੱਚ ਸਾਡੇ ਕੋਲ 2 ਨੇ, 4 ਸਾਡੇ ਕੋਲ ਹੈਰਸਲ ਦੇ ਇਨਕਿਊਬੇਟਰਸ ਆ, ਗਲੈਕਸੀ ਦੇ ਇਨਕਿਊਬੇਟਰਸ ਆ। ਜਿੰਨੇ ਤੁਸੀਂ ਜ਼ਿਆਦਾ ਇੱਕ ਮਾਤਰ ਕੇਂਦਰ ਆ ਜਿੱਥੇ ਹਿੰਦੁਸਤਾਨ 'ਚ ਜਿੱਥੇ 7 CO2 ਇਨਕਿਊਬੇਟਰ ਨਾਲ ਅਸੀਂ ਬੇਲਾਦ ਜੋੜਿਆਂ ਦਾ ਇਲਾਜ ਆਪਣੇ IVF ਤੇ ਇਕਸੀ ਲੈਬ ਦੇ ਵਿੱਚ ਕਰ ਰਹੇ। ਡਾਕਟਰ ਸਾਹਿਬ ਤੁਸੀਂ ਬੜੇ ਹੀ ਵਧੀਆ ਢੰਗ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਤੇ ਹੁਣ ਮੈਂ ਚਾਹਾਂਗੀ ਕਿ ਤੁਸੀਂ ਬੇਔਲਾਦ ਜੋੜਿਆਂ ਨੂੰ ਕੋਈ ਮੈਸੇਜ ਦਿਓ। ਮੇਰੀ ਇਹ ਹਦਾਇਤ ਆ ਵੀ ਜਦੋਂ ਵੀ ਪੇਸ਼ੈਂਟ ਨੇ ਕਿਸੇ ਕੇਂਦਰ ਦੀ ਜੇ ਚੋਣ ਕਰ ਲਈ ਹੈ ਤਾਂ ਸਭ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਟੈਲੀਫੋਨ ਨੰਬਰ ਮਿਲਦਾ ਆ ਤਾਂ ਉਹਨਾਂ ਨਾਲ ਕੰਟੈਕਟ ਕਰਨ। ਬਾਹਰਲੇ ਮੁਲਕਾਂ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਇਹ ਹਦਾਇਤ ਆ ਵੀ ਉਹ ਈਮੇਲ ਰਾਹੀਂ, ਟੈਲੀਫੋਨ ਰਾਹੀਂ, ਮੋਬਾਈਲ ਰਾਹੀਂ ਆਪਣੀਆਂ ਸਾਰੀਆਂ ਰਿਪੋਰਟਸ ਵੀ ਸਾਡੇ ਕੋਲੋਂ ਭੇਜ ਸਕਦੇ ਨੇ ਫੈਕਸ ਰਾਹੀਂ ਅਤੇ ਈਮੇਲ ਰਾਹੀਂ, ਐਂਡ ਸਾਡੇ ਕੋਲ ਅਪਾਇੰਟਮੈਂਟ ਲੈ ਕੇ ਅਤੇ ਆਉਣ ਤਾਂ ਕਿ ਉਹਨਾਂ ਨੂੰ ਕੋਈ ਵੇਟਿੰਗ ਦੇ ਵਿੱਚ ਨਾ ਜਾਣਾ ਪਵੇ। ਇਹ ਪੇਸ਼ੈਂਟਸ ਆਪਣੇ ਸੈਂਟਰ ਦੇ ਵਿੱਚ ਆ ਕੇ ਕਾਉਂਸਲਿੰਗ ਕਰਾ ਕੇ ਅਤੇ ਬੈਸਟ ਟੈਕਨੀਕ ਦੀ ਚੋਣ ਕਰਕੇ ਸੰਤਾਨ ਸੁੱਖ ਦੀ ਪ੍ਰਾਪਤੀ ਕਰਨ। ਕਿਸੇ ਹਕੀਮ ਜਾਂ ਬਾਬਿਆਂ ਕੋਲ ਜਾਂ ਡੇਰਿਆਂ 'ਤੇ ਜਾ ਕੇ ਅਤੇ ਗਲਤ ਤਰੀਕਿਆਂ ਦੇ ਨਾਲ ਬੇਔਲਾਦਪਨ ਦਾ ਇਲਾਜ ਕਰਾਉਣਾ ਠੀਕ ਨਹੀਂ ਹੈਗਾ। ਜੇ ਜਾਣਾ ਹੈ ਤਾਂ ਕਿਸੇ ਟੌਪ ਰੈਂਕਿੰਗ ਇਨਫਰਟੀਲਿਟੀ ਸੈਂਟਰ ਜਾਓ। ਹਰ ਕੇਂਦਰ ਦੇ ਵਿੱਚ ਹਰ ਵਰਗ ਦੇ ਲੋਕਾਂ ਵਾਸਤੇ ਇਲਾਜ ਦੀ ਪ੍ਰਣਾਲੀ ਆ। ਸਾਡਾ ਜਿਹੜਾ ਕੇਂਦਰ ਆ ਇੱਥੇ ਮੈਂ ਇਹ ਦੱਸਦਿਆਂ ਹੋਇਆਂ ਮਰੀਜ਼ ਆਪਣੇ ਦੇਖਣ ਵਾਲਿਆਂ ਨੂੰ ਕਲੀਅਰ ਕਰ ਦੇਵਾਂ ਕਿ ਇੱਥੇ ਇਹ ਇੰਪ੍ਰੈਸ਼ਨ ਨਾ ਲੈਣ ਕਿ ਸਾਡੇ ਇਲਾਜ ਬੜੇ ਮਹਿੰਗੇ ਆ। 60% ਮਰੀਜ਼ ਇੱਦਾਂ ਦੇ ਆ ਜਿਹਨਾਂ ਨੂੰ ਅਸੀਂ ਇੱਕ ਸਧਾਰਨ ਵਿਧੀ IUI ਨਾਲ 10 to 15,000 ਦੇ ਵਿੱਚ ਹੀ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾਈ ਦੀ ਹੈ। 30 to 40% ਪੇਸ਼ੈਂਟਸ ਆ ਜਿਹਨਾਂ ਨੂੰ ਮਹਿੰਗੀਆਂ ਟੈਕਨੀਕਸ ਜਿਸ ਨਾਲ IVF ਜਾਂ ਇਕਸੀ ਆ ਉਹਦੇ ਉੱਤੇ ਜਾਣਾ ਚਾਹੀਦਾ ਆ। ਕਾਫੀ ਮਰੀਜ਼ ਡਰਦੇ ਮਾਰੇ ਕਿ ਇਲਾਜ ਬੜੇ ਮਹਿੰਗੇ ਆ, ਉਹ ਆਉਂਦੇ ਨਹੀਂ ਆ। ਮੇਰੀ ਉਹਨਾਂ ਨੂੰ ਇਹੀ ਮਸ਼ਵਰਾ ਆ ਮੇਰਾ ਕਿ ਉਹ ਜ਼ਰੂਰ ਇੱਕ ਵਾਰੀ ਕਿਸੇ ਚੰਗੇ ਕੇਂਦਰ ਦੇ ਵਿੱਚ ਜਾਂ ਸਾਡੇ ਕੇਂਦਰ ਦੇ ਵਿੱਚ ਆ ਕੇ ਪੂਰੀ ਇਨਫੋਰਮੇਸ਼ਨ ਲੈਣ ਐਂਡ
इलाज करान ते संतान सुख दी प्राप्ति कर। दर्शकों मैनू दिओ इजाजत, धन्यवाद।